थली ਜਿਹੜੇ ਇਰਿਸਪੋਨਸੀਬਲ ਐਂਟੀ ਸੋਸ਼ਲ ਐਲੀਮੈਂਟਸ ਹੈਗੇ ਨੇ ਆਈ ਵੁੱਡ ਸੇ ਦੈਮ ਐਂਟੀ ਸੋਸ਼ਲ ਐਲੀਮੈਂਟਸ ਐਂਡ ਇਰਿਸਪੋਨਸੀਬਲ ਪੀਪਲ ਉਹ ਕੁੜੀਆਂ ਦੇ ਕਾਲਜਾਂ ਦੇ ਅੱਗੇ ਭੀੜ ਭਾੜ ਗਲੀਆਂ ਬਾਜ਼ਾਰਾਂ ਦੇ ਵਿੱਚ ਜਾ ਕੇ ਹੁੜਦੰਗ ਕਰਦੇ ਹੁੱਲੜਬਾਜ਼ੀ ਕਰਦੇ ਹੋਏ ਇਹ ਪਟਾਕੇ ਮਾਰਦੇ ਜਾਂਦੇ ਨੇ ਜੋ ਕਿ ਸਰਾਸਰ ਆਈ ਵੁੱਡ ਸੇ ਗੈਰ ਕਾਨੂੰਨੀ ਹੈ ਐਂਡ ਇਟ ਇਜ਼ ਨੋਟ ਅਕਸੈਪਟਡ ਇਨ ਅ ਸੋਸਾਇਟੀ ਤਾਂ ਉਹਦੇ ਵਿੱਚ ਅਸੀਂ ਐਜ਼ ਅ ਲਾਅ ਐਂਡ ਆਰਡਰ ਇਸ਼ੂ ਹੈ ਇਹ ਅਸੀਂ ਇਹਨਾਂ ਨੂੰ ਸਖਤੀ ਨਾਲ ਇਹਨਾਂ ਦੇ ਜਿਹੜੇ ਮੋਡੀਫਾਈਡ ਸਲੈਂਸਰ ਹੈ ਐਜ਼ ਅ ਹਾਲੇ ਅਸੀਂ ਇਹਨਾਂ ਨੂੰ ਪ੍ਰੀਕੋਸ਼ਨ ਕਰਕੇ ਅਸੀਂ ਇਹਨਾਂ ਨੂੰ ਇਹਨਾਂ ਦੇ ਮੋਡੀਫਾਈਡ ਸਲੈਂਸਰਸ ਨੂੰ ਅਸੀਂ ਲਾ ਰਹੇ ਹੈਗੇ ਹਾਂ ਚਲਾਂਸ ਕੀਤੇ ਹੈ ਦਿਸ ਕੰਪੇਨ ਇਜ਼ ਗੋਇੰਗ ਟੂ ਕੰਟੀਨਿਊ ਐਂਡ ਤੁਹਾਡੇ ਮਾਧਿਅਮ ਰਾਹੀਂ ਮੈਂ ਇਹਨਾਂ ਨੂੰ ਅਪੀਲ ਵੀ ਕਰਦਾ ਕਿ ਇਹ ਜਿਨ੍ਹਾਂ ਨੇ ਆਪਣਾ ਆਪਣਾ ਆਪਣੇ ਲਾ ਲੈਣ ਜਿਨ੍ਹਾਂ ਨਹੀਂ ਹੋਊਗਾ ਤਾਂ ਆਉਂਦੇ ਵਕਤ ਅਸੀਂ ਨਾ ਕਿ ਲਾਵਾਂਗੇ ਅਸੀਂ ਵੀ ਵਿਲ ਇੰਪਾਊਂਡ ਦੀ ਮੋਟਰਸਾਈਕਲਸ ਆਲਸੋ ਸਰ ਗੱਲ ਇਹ ਆ ਵੀ ਜਿਹੜੇ ਸਲੈਂਸਰ ਮੋਡੀਫਾਈ ਹੁੰਦੇ ਇਹਨੂੰ ਮਕੈਨਿਕ ਕਰਦੇ ਨੇ ਦੁਕਾਨ ਵਾਲੇ ਕਰਦੇ ਨੇ ਉਹਨਾਂ ਨਾਲ ਵੀ ਨਹੀਂ ਦੇਖੋ ਇਸ ਤਰ੍ਹਾਂ ਨਹੀਂ ਹੈਗਾ ਮਕੈਨਿਕ ਕਰਦੇ ਅਸੀਂ ਉਹਨਾਂ ਨੂੰ ਬੁਲਾ ਕੇ ਕਹਿ ਦਿੱਤਾ ਹੈਗਾ ਇਸ ਇਜ਼ ਦੀ ਰਿਸਪੋਂਸੀਬਿਲਟੀ ਕੋਈ ਜ਼ਹਿਰ ਦਿੰਦਾ ਜ਼ਹਿਰ ਖਾ ਥੋੜਾ ਲੈਂਦਾ ਕੋਈ ਸੋ ਦੇਣ ਵਾਲੇ ਤਾਂ ਜ਼ਹਿਰ ਵਾਲੇ ਬੜੇ ਚੂਹੇ ਮਾਰ ਦਵਾਈ ਆਪਾਂ ਥੋੜਾ ਖਾਂਦੇ ਆ ਚੂਹੇ ਲਈ ਪਾਉਂਦੇ ਹਾਂ ਸੋ ਆਪਾਂ ਇਹ ਗੱਲ ਕਰਦੇ ਹਾਂ ਕਿ ਲੈਟ ਅਸ ਨਾਟ ਪਾਸ ਔਨ ਦੀ ਬਗ ਟੂ ਦੀ ਸ਼ੋਪਕੀਪਰਸ ਅਸੀਂ ਉਹਨਾਂ ਨੂੰ ਐਸ ਪੀ ਡੀ ਸਾਹਿਬ ਨੇ ਉਹਨਾਂ ਨੂੰ ਵੀ ਤਾੜਨਾ ਕੀਤੀ ਹੈ ਅਸੀਂ ਇਹਨਾਂ ਨੂੰ ਮਕੈਨਿਕਾਂ ਨੂੰ ਵੀ ਬੁਲਾ ਕੇ ਤਾੜਨਾ ਕੀਤੀ ਹੈ ਬਟ ਐਟ ਦੀ ਸੇਮ ਟਾਈਮ ਇਟ ਇਜ਼ ਦੀ ਐਂਡ ਯੂਜ਼ਰ ਹੁਣ ਹਰ ਕੋਈ ਪਤਾ ਕਹਿੰਦਾ ਜੀ ਉਹਨਾਂ ਨੂੰ ਫੜੋ ਹੁਣ ਦੇਖੋ ਮੈਨੂਫੈਕਚਰਰ ਇਹਨੂੰ ਮੋਡੀਫਾਈ ਕਰਨ ਨੂੰ ਇਟਸ ਨੋਟ ਅ ਰੋਕਟ ਸਾਇੰਸ ਇਟ ਕੈਨ ਬੀ ਮੋਡੀਫਾਈਡ ਬਾਈ ਯੂ ਐਂਡ ਮੀ ਨਥਿੰਗ ਇਟ ਇਜ਼ ਡਜ਼ ਨੋਟ ਰਿਕੁਆਇਰ ਐਨੀ ਐਕਸਪਰਟੀਜ਼ 150 ਤੋਂ ਵੱਧ ਸਲੈਂਸਰ ਲਾ ਚੁੱਕੇ ਹਾਂ ਜ਼ਿਲ੍ਹੇ ਦੇ ਵਿੱਚ ਔਰ ਚਲਾਨਸ ਅਸੀਂ ਕਰ ਰਹੇ ਹਾਂ ਇੰਪਾਊਂਡ ਕੀਤੇ ਆ ਮੋਟਰਸਾਈਕਲ ਔਰ ਆਉਂਦੇ ਦਿਨਾਂ ਦੇ ਵਿੱਚ ਦਿਸ ਕੰਪੇਨ ਇਜ਼ ਗੋਇੰਗ ਟੂ ਬੀ ਇੰਟੈਂਸੀਫਾਈਡ ਆਈ ਐਮ ਕਲੈਰੀਫਾਈਂਗ ਇਟ ਥਰੂ ਯੋਰ ਮੀਡੀਆ ਅਪੀਲਿੰਗ ਥਰੂ ਯੋਰ ਮੀਡੀਆ ਥਰੂ ਦਾ ਮੀਡੀਆ ਕਿ ਥਰੂ ਯੂ ਕਿ ਐਸ ਪਰ ਦੀ ਜੋ ਵੀ ਲੇਟ ਡਾਊਨ ਗਾਈਡਲਾਈਨਸ ਹੈਗੀਆਂ ਅਸੀਂ ਜਿਹੜੇ ਨੰਬਰਸ ਦੀ ਸਪੈਸੀਫਿਕੇਸ਼ਨਸ ਹੈਗੀਆਂ ਪ੍ਰੋਪਰ ਨੰਬਰ ਪਲੇਟ ਉਹਦੇ ਉੱਤੇ ਕੋਈ ਕਿਸੇ ਨੇ ਕੋਈ ਇਨਸਿਗਨੀਆ ਲਾਇਆ ਹੁੰਦਾ ਕਿਸੇ ਨੇ ਕੋਈ ਨਿਸ਼ਾਨ ਲਾਇਆ ਹੁੰਦਾ ਨੰਬਰ ਪਲੇਟ ਨਹੀਂ ਹੁੰਦੀ ਜਾਂ ਬਿਨਾਂ ਨੰਬਰ ਤੋਂ ਚਲਾ ਰਹੇ ਹੁੰਦੇ ਹੈ ਅਤੇ ਜੇ ਨੰਬਰ ਹੈ ਤਾਂ ਬਿਲਕੁਲ ਬਰੀਕ ਨੰਬਰ ਲਿਖੇ ਹੁੰਦੇ ਜਿਹੜੇ ਪੜ੍ਹਨ ਦੇ ਯੋਗ ਵੀ ਨਹੀਂ ਹੁੰਦੇ ਆਈ ਐਮ ਗੋਇੰਗ ਟੂ ਇੰਟੈਂਸੀਫਾਈ ਦੀ ਕੰਪੇਨ ਇਨ ਦਿਸ ਡਿਸਟ੍ਰਿਕਟ ਬਿਕੋਜ਼ ਜਦੋਂ ਅਸੀਂ ਪਹਿਲੇ ਦਿਨ ਇਹ ਕੀਤਾ ਸੀ ਵੀ ਹੈਡ ਅ ਹਿਊਜ ਪਬਲਿਕ ਸਪੋਰਟ ਵਿਦ ਅਸ ਬੜੇ ਲੋਕਾਂ ਨੇ ਅੱਡ ਅੱਡ ਸੈਕਸ਼ਨਸ ਦੇ ਲੋਕਾਂ ਨੇ ਮੈਨੂੰ ਟੈਲੀਫੋਨ ਕੀਤੇ ਸਾਡੀ ਫੇਸਬੁੱਕ 'ਤੇ ਆਪਦਾ ਪਾਇਆ ਕਿ ਜੀ ਧਨੌਲੇ ਦੇ ਵਿੱਚ ਬੜਾ ਇਹ ਹੈਗਾ ਭਦੌੜ ਦੇ ਵਿੱਚ ਵੀ ਹੈਗਾ ਅੱਜ ਅਸੀਂ ਭਦੌੜ ਤਪੇ ਦੇ ਵਿੱਚ ਕੰਪੇਨ ਚਲਾਈ ਧਨੌਲੇ ਵਿੱਚ ਕੰਪੇਨ ਚਲਾਈ ਅੱਜ ਅਸੀਂ ਅਰਾਊਂਡ ਕੋਈ 40-45 ਸਲੈਂਸਰ ਲਾਏ ਨੇ ਕੋਈ 70 ਮੋਟਰਸਾਈਕਲਾਂ ਦੇ ਚਲਾਨ ਕੀਤੇ ਨੇ ਐਂਡ ਆਉਂਦੇ ਦਿਨਾਂ 'ਚ ਵਿਲ ਕੀਪ ਇਟ ਦਿਸ ਮੂਵਮੈਂਟ ਗੋਇੰਗ ਔਨ ਐਂਡ ਅਸੀਂ ਇਹ ਕੰਪੇਨ ਚੱਲਦੇ ਰਹਾਂਗੇ ਇਸ ਜਦ ਤੱਕ ਇਹ ਜਿਹੜਾ ਨਿਊ ਸੈਂਸ ਹੈਗੀ ਹੈ ਸਾਡੇ ਜ਼ਿਲ੍ਹੇ 'ਚੋਂ ਖਤਮ ਨਹੀਂ ਹੁੰਦੀ।